ਸ੍ਰੀਕਾਲ ਪਾਜੀ ਸ੍ਰੀਕਾਲ ਜੀ ਸ੍ਰੀਕਾਲ ਤੇ ਪਾਜੀ ਤੁਹਾਡਾ ਨਾਮ ਕੀ ਹੈ ਸਭ ਤੋਂ ਪਹਿਲੇ ਆ ਦੱਸੋ ਪਾਜੀ ਲਵਲੀ ਤੇ ਪਾਜੀ ਸਭ ਤੋਂ ਪਹਿਲੇ ਮੈਂ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਤੁਸੀਂ ਆਪਣੇ ਕੰਮ ਦੇ ਟਾਈਮ ਤੇ ਮੈਨੂੰ ਵੀਡੀਓ ਬਣਾਉਣ ਦਾ ਮੌਕਾ ਦਿੱਤਾ ਤੇ ਪਾਜੀ ਤੁਸੀਂ ਪੂਰੇ ਜਲੰਧਰ ਚ ਹੀ ਧਮਾਲ ਮਚਾਈ ਆ 35 ਰੁਪਏ ਦਾ ਬਰਗਰ ਦੇ ਗਏ 35 ਰੁਪਏ ਦਾ ਬਰਗਰ ਆ ਪਾਜੀ 10 ਸਟੋਰ ਵੀਰ ਦੇ ਨਾਲ ਆ 40 ਰੁਪਏ ਕੋਂਬੋ ਪੈਕ ਤੇ 40 ਰੁਪਏ ਚ ਫਰੂਟ ਵੀਰ ਵੀ ਮਿਲੂਗੀ ਫਰੂਟ ਵੀਰ ਵੀ ਪਾਜੀ ਫਰੂਟ ਵੀਰ ਦਿਖਾ ਪਾਜੀ ਨੂੰ ਤੇ ਆ ਦੇਖੋ ਗਾਈਸ ਫਰੂਟ ਵੀਰ ਪੂਰੀ ਭਰ ਕੇ ਰੱਖੀ ਹੋਈ ਆ ਬਲੂ ਬੈਰੀ ਵੀ ਹੈਗੀ ਆ ਤੇ ਭਾਜੀ ਏਦਾਂ ਤਾਂ ਨਹੀਂ ਨਾ ਹੋ ਜਾਊਗਾ ਕਿ ਕੋਈ 40 ਰੁਪਏ ਦਾ ਕੋਂਬੋ ਖਾ ਕੇ ਕੋਈ ਬਿਮਾਰ ਹੋ ਜੇ ਕੱਲ ਨੂੰ ਨਹੀਂ ਭਾਜੀ ਡੇਲੀ ਭਾਈ ਚੇਂਜ ਹੁੰਦਾ ਮਾਲ ਠੀਕ ਆ ਫਰੂਟ ਵੀਰ ਡੇਲੀ ਆਉਂਦੇ 2-3 ਡਾਲੇ ਲੱਗਦੇ ਭਾਜੀ ਡੇਲੀ ਤੇ ਭਾਜੀ ਕੁਆਲਿਟੀ 'ਚ ਕੋਈ ਕੰਪਰੋਮਾਈਜ਼ ਤਾਂ ਨਹੀਂ ਨਾ ਨਹੀਂ ਨਹੀਂ ਭਾਜੀ ਫਰੂਟ ਵੀਰ ਭਾਜੀ ਲੋਕੀ 30-30 ਰੁਪਏ ਦੀ ਦਿੰਦੇ ਆਪਾਂ 10 ਰੁਪਏ ਦੇ ਦੇਈਦੇ ਸੀ ਉਹ ਕੋਂਬੋ ਪੈਕ ਦੇ ਵਿੱਚ ਸਿਰਫ 5 ਰੁਪਏ ਦੀ ਪੈਂਦੀ ਫਰੂਟ ਵੀਰ ਹਾਂਜੀ ਤੇ ਭਾਜੀ ਕਿਸੇ ਨੇ ਤੁਹਾਡੇ ਬਰਗਰ ਖਾਣ ਆਣਾ ਹੋਵੇ ਕਿੱਥੇ ਆਣਾ ਪਊਗਾ ਉਹਨਾਂ ਨੂੰ ਭਾਜੀ ਮਕੂਦਾ ਚੌਂਕ ਦੇ ਵਿੱਚ ਠੇਕੇ ਦੇ ਲਾਗੇ ਤੇ ਭਾਜੀ ਆਪਣੀ ਕਾਰਟ ਦਾ ਨਾਮ ਕੀ ਆ ਬਣਾ ਬਈ ਸਾਈਂ ਫਾਸਟ ਫੂਡ ਆ ਜੀ ਤੇ ਤੁਸੀਂ ਭਾਜੀ ਸਾਈਂ ਜੀ ਦੇ ਨਾਮ ਤੇ ਰੱਖਿਆ ਹੈ ਨਾਮ ਹਾਂਜੀ ਸਾਈਂ ਲਾਲੀ ਸਾਈਂ ਜੀ ਨੂੰ ਬਹੁਤ ਮੰਨੀ ਨਾ ਬੰਦਾ ਪੁੱਤਰ ਕਹੀਦਾ ਵੀਰਵਾਰ ਤਾਂ ਕਰਕੇ ਤੇ ਭਾਜੀ ਤੇ ਆਪਣਾ ਟਾਈਮ ਕੀ ਆ ਭਾਜੀ ਟਾਈਮ ਭਾਜੀ 2 ਤੋਂ ਰਾਤ ਦੇ 10 ਵਜੇ ਤੱਕ 2 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੇ ਗਾਈਸ ਹੁਣ ਭਾਜੀ ਹੁਣੀ ਬਣਾ ਰਹੇ ਨੇ ਚੌਮਿਨ ਭਾਜੀ ਥੋੜਾ ਦੱਸੂਗੇ ਇਹਦੇ ਵਿੱਚ ਤੁਸੀਂ ਕੀ ਕੀ ਪਾਇਆ ਆ ਕਿਹੜੀ ਕਿਹੜੀ ਵੈਜੀਜ਼ ਆ ਭਾਜੀ ਬੰਦ ਗੋਭੀ ਆ ਗਾਜਰ ਆ ਜਿੰਨਾ ਮਿਰਚ ਆ ਪਿਆਜ਼ ਆ ਤੇ ਭਾਜੀ ਚੌਮਿਨ ਦਾ ਕੀ ਪ੍ਰਾਈਸ ਆ ਕਿੰਨੇ ਦੀ ਪਲੇਟ ਆ 70 ਰੁਪਏ ਦੀ ਬੋਲਦਾ ਭਾਜੀ 40 ਆ ਤੇ ਭਾਜੀ ਆ ਜਿਹੜੀ ਸੌਸ ਆ ਗਈ ਤੇ ਆ ਵੀ ਗਾਰਲਿਕ ਸੌਸ ਉਹ ਦੇਖੋ ਭਾਜੀ ਨੇ ਤਾਂ ਚੌਮਿਨ ਦੀ ਤਾਂ ਪੂਰੀ ਟੋਕਰੀ ਭਰ ਕੇ ਰੱਖੀ ਹੋਈ ਆ ਆਹ ਆ ਗਏ ਚੌਮਿਨ ਆ ਗਿਆ ਗਰਮ ਮਸਾਲਾ ਭਾਜੀ ਇਹਦਾ ਮਤਲਬ ਜਿਹੜਾ ਵੀ ਤੁਹਾਡੇ ਕੋਲ ਕੋਈ ਗਾਹਕ ਆਊਗਾ ਉਹ ਕੁਆਲਿਟੀ ਵਾਲੀ ਚੀਜ਼ ਖਾ ਕੇ ਜਾਊਗਾ ਓਰੀਗਾਨੋ ਚਿੱਲੀ ਸੌਸ ਆ ਕੀ ਆ ਗਿਆ ਭਾਜੀ ਉਹ ਗਾਈਸ ਇਹ ਆ ਗਿਆ ਵਿਨੇਗਰ ਤੁਸੀਂ ਚੈੱਕ ਕਰੋ ਇੱਕ ਮਿੰਟ ਚੌਮਿਨ ਭਾਜੀ ਦੀ ਤੇ ਹੁਣ ਕਰਨਗੇ ਭਾਜੀ ਹੋਣੀ ਮਿਕਸਿੰਗ ਭਾਜੀ ਆਪਣੇ ਕੋਲ ਜਿਹੜਾ ਕਸਟਮਰ ਆਊਗਾ ਉਹਨੂੰ ਹਰ ਟਾਈਮ ਫਰੈਸ਼ ਚੀਜ਼ ਹੀ ਮਿਲੂਗੀ ਨਾ ਮਤਲਬ ਤੁਸੀਂ ਪੁਰਾਣੀ ਚੀਜ਼ ਨਹੀਂ ਯੂਜ਼ ਕਰਦੇ ਤੇ ਹੋ ਗਏ ਭਾਜੀ ਤਿਆਰ ਆਪਣੇ ਚੌਮਿਨ ਆਹ ਦੇਖੋ ਗਾਈਸ ਆਪਣੀ ਟਿੱਕੀ ਦੀ ਸ਼ੇਪ ਚੈੱਕ ਕਰੋ ਕਿੰਨੀ ਘੈਂਟ ਆ ਗਰਮ ਆ ਗਰਮ ਟਿੱਕੀ ਪਾਊਗੀ ਹੁਣ ਬਰਗਰ ਦੇ ਵਿੱਚ ਕੱਢ ਦਿਓ ਭਾਜੀ ਤੇ ਭਾਜੀ ਆਪਣੇ ਕੋਲ ਬੰਦ ਵੀ ਵਧੀਆ ਕੁਆਲਿਟੀ ਦੇ ਮਿਲਦੇ ਆ ਅੱਛਾ ਆਹ ਸਭ ਤੋਂ ਪਹਿਲੇ ਕਰ ਲਈ ਭਾਜੀ ਨੇ ਕਟਿੰਗ ਭਾਜੀ ਜਿਹੜਾ ਤੁਸੀਂ ਕੋਂਬੋ ਕਿਹਾ ਆ ਆਹ ਨਵੇਂ ਸਾਲ ਤੋਂ ਸਟਾਰਟ ਹੋ ਰਿਹਾ ਭਾਜੀ ਨਵੇਂ ਸਾਲ ਤੋਂ ਆਪਾਂ ਕੰਮ ਵਧਾ ਰਹੇ ਆ ਨਾਲ ਮੋਮੋਸ ਸਪਰਿੰਗ ਰੋਲ ਵੀ ਦੇ ਰਹੇ ਆ ਭਾਜੀ ਕੋਂਬੋ ਦੇ ਵਿੱਚ ਵੀ ਨਵੇਂ ਸਾਲ ਤੇ ਆ ਕੇ ਜੋ ਕੋਂਬੋ ਕਿਹੜੇ ਕਿਹੜੇ ਸ਼ੁਰੂ ਕਰ ਰਹੇ ਆ ਆਪਾਂ ਅੱਛਾ ਆ ਮਕੂਦਾ ਚੌਂਕ ਦੇ ਵਿੱਚ ਧਮਾਲ ਪੂਰੀ ਪੂਰੀ ਵਧੀਆ ਭਾਜੀ ਧਮਾਲ ਪਾ ਕੇ ਹੀ ਕੰਮ ਚੱਲਦੇ ਆ ਤੇ ਭਾਜੀ ਮੈਂ ਇੱਕ ਚੀਜ਼ ਦੇਖੀ ਹੈ ਨੋਟ ਕੀਤੀ ਹੈ ਤੁਹਾਡੇ ਕੋਲ ਜਿਹੜਾ ਕਸਟਮਰ ਆਉਂਦਾ ਆ ਉਹ ਪੂਰਾ ਸੈਟੀਸਫਾਈ ਹੋ ਕੇ ਜਾਂਦਾ ਹੈ ਤੁਹਾਡੇ ਬਰਗਰ ਤੋਂ ਭਾਜੀ ਚੀਜ਼ ਦੇਖੀ ਵਧੀਆ ਕੁਆਲਿਟੀ ਦੇਖੀ ਅਗਲੇ ਸਥਾਨ ਲੋਕ ਪਾਈ ਇੱਕ ਚਾਲ ਕਿੰਨੇ ਸਾਲਾਂ ਤੋਂ ਆ ਰਹੇ ਆ ਭਾਜੀ ਆਪਣੇ ਨਾਲ ਖੜੇ ਪਿੱਛੇ ਇਹ ਸਾਲ ਹੋ ਗਏ ਉਹਨਾਂ ਨੂੰ ਵੀ ਆਉਂਦੇ ਹੋਏ ਜੀ ਆਪਾਂ ਚੀਜ਼ ਹੀ ਨਹੀਂ ਵਧੀਆ ਦੇਣੀ ਤਾਂ ਅਗਲੇ ਕਿੱਥੋਂ ਆ ਜਾਣਾ ਤੇ ਆ ਭਾਜੀ ਕਿਹੜੀ ਸੌਸ ਲਈ ਸਭ ਤੋਂ ਪਹਿਲੇ ਭਾਜੀ ਗਾਰਲਿਕ ਸੌਸ ਲਈ ਭਾਜੀ ਤੇ ਉੱਤੇ ਭਾਜੀ ਕਿਹੜੇ ਕਿਹੜੇ ਵੈਜੀਜ਼ ਪਾ ਰਹੇ ਹੋ ਭਾਜੀ ਮਿਕਸ ਆ ਪਿਆਜ਼ ਆ ਭਾਜੀ ਜੀਰਾ ਆ ਪਨੀਰ ਆ ਪਨੀਰ ਵੀ ਹੁੰਦਾ ਆ ਭਾਜੀ ਭਾਜੀ 35 ਰੁਪਏ ਦਾ ਬਰਗਰ ਆ ਆ ਤਾਂ ਨਹੀਂ ਨਾ ਹੋਊਗਾ ਭਾਜੀ ਤੁਸੀਂ ਮੇਰੇ ਤੋਂ ਬਾਅਦ 50 ਰੁਪਏ ਲੈ ਲਓ ਭਾਜੀ ਆ ਕਿਹੜਾ ਕਿਹੜਾ ਮਸਾਲਾ ਆ ਗਿਆ ਤੇ ਕਿਹੜੀ ਸੌਸ ਆਈ
ਭਾਈ ਵਾਈਟ ਸੌਸ ਪਾਈ ਆ, ਉਸ ਤੋਂ ਬਾਅਦ ਓਰੀਗਾਨੋ ਪਾਇਆ ਜੀ, ਆਹ ਟਮਾਟੋ ਸੌਸ ਆ ਗਈ ਭਾਜੀ। ਭਾਜੀ ਮੈਂ ਇੱਕ ਚੀਜ਼ ਨੋਟ ਕੀਤੀ ਆ, ਤੁਹਾਡੀ ਸਪੀਡ ਬੜੀ ਜ਼ਿਆਦਾ, ਤੁਹਾਨੂੰ ਕਿੰਨਾ ਸਾਲ ਹੋ ਗਿਆ ਕੰਮ ਕਰਦੇ? ਮੈਨੂੰ ਆਪਣੇ ਕੰਮ ਨੂੰ 14 ਸਾਲ ਹੋ ਗਏ ਭਾਜੀ। ਅੱਛਾ, ਤੇ ਭਾਜੀ ਉਸ ਤੋਂ ਪਹਿਲੇ ਵੀ ਤੁਸੀਂ ਬਰਗਰ ਲਾਉਂਦੇ ਸੀ? ਉਸ ਤੋਂ ਪਹਿਲਾਂ ਵੀ ਲਾਏ, ਮੈਂ ਕਿਸੇ ਕੋਲ ਕੰਮ ਕਰਦਾ ਸੀ, ਉਦੋਂ 12 ਵਜੇ ਦਾ ਬਰਗਰ ਹੁੰਦਾ ਸੀ। ਅੱਛਾ, ਤੇ ਭਾਜੀ ਜਦੋਂ ਤੁਸੀਂ 12 ਸਾਲ ਪਹਿਲੇ ਆਪਣੀ ਰੇਹੜੀ ਲਾਈ ਸੀ, ਉਦੋਂ ਕੀ ਰੇਟ ਸੀ ਬਰਗਰ ਦਾ? 20 ਰੁਪਏ। ਅੱਛਾ, ਤੇ ਭਾਜੀ ਆ ਤੁਹਾਡੀ ਪੈਟੀ ਦੀ ਸ਼ੇਪ ਬੜੀ ਘੈਂਟ ਆ, ਆਹ ਵੀ ਤੁਸੀਂ ਬਣਾਉਂਦੇ ਹੋ? ਹਾਂ ਬਣਾਈ ਜੀ, ਫੁੱਲ ਖੁੱਦ ਭਾਜੀ। ਬੜਾ ਵਧੀਆ ਲੱਗ ਗਿਆ ਭਾਜੀ, ਕਰੰਚੀ ਟਿੱਕੀ ਆ ਭਾਜੀ, ਸਿੰਪਲ ਨਹੀਂ ਹੈਗੀ। ਤੇ ਆ ਗਏ ਆਪਣੇ ਚੌਮਿਨ, ਭਾਜੀ ਆ ਕਿਹੜੀ ਸੌਸ ਆ ਗਈ? ਤੰਦੂਰੀ ਸੌਸ ਭਾਜੀ। ਤੇ ਭਾਜੀ ਪੂਰਾ 35 ਰੁਪਏ ਜੀ ਤੁਸੀਂ ਪੂਰਾ ਓਵਰਲੋਡ ਕਰਕੇ ਦਿਓਗੇ, ਬੰਦਾ ਪੂਰਾ ਸੈਟੀਸਫਾਈ ਹੋ ਕੇ ਜਾਊਗਾ। ਤਾਂ ਹੀ ਤਾਂ ਭਾਜੀ ਕਸਟਮਰ ਹੁੰਦਾ ਆ। ਟਮਾਟਰ ਸੌਸ ਚਿੱਲੀ ਭਾਈ ਤਿਆਰ ਆ ਆਪਣਾ ਬਰਗਰ ਬਣ ਕੇ? ਤੇ ਗਾਈਸ ਆ ਰੈਡੀ ਆ ਆਪਣਾ ਬਰਗਰ ਬਣ ਕੇ, ਤੁਸੀਂ ਚੈੱਕ ਕਰੋ, ਮਾਇਓ ਨਾਲ ਪੂਰਾ ਓਵਰਲੋਡਡ ਆ ਕੰਮ, ਤੇ ਨਾਲ ਮਿਲੀ ਆ ਠੰਡੀ ਠੰਡੀ ਫਰੂਟ ਵੀਅਰ, ਤੁਸੀਂ ਚੈੱਕ ਕਰੋ ਗਾਈਸ। ਤੇ ਆ ਰਿਹਾ ਬਰਗਰ ਦੀ ਫਸਟ ਬਾਈਟ, ਤੇ ਗਾਈਸ ਜਿਹੜਾ ਬਰਗਰ ਦਾ ਟੇਸਟ ਆ ਨੈਕਸਟ ਲੈਵਲ ਆ, ਜ਼ਰੂਰ ਆਓ ਟਰਾਈ ਕਰੋ। ਭਾਈ ਤੁਸੀਂ ਤਾਂ ਬਰਗਰ ਪੂਰਾ ਜੰਨਤ ਬਣਾ ਤਾ ਆ, ਬਹੁਤ ਜ਼ਿਆਦਾ ਘੈਂਟ ਬਰਗਰ ਆ। 40 ਰੁਪਏ 'ਚ ਤੁਸੀਂ ਪੂਰੇ ਮਤਲਬ ਸੈਟਿਸਫਾਈ ਹੋ ਕੇ ਜਾਓਗੇ, ਨਾਲ ਮਿਲੂਗੀ ਤੁਹਾਨੂੰ ਫਰੂਟ ਵੀਅਰ। ਅਗਰ ਤੁਸੀਂ ਇਕੱਲਾ ਹੀ ਬਰਗਰ ਲੈਣਾ ਆ ਤੁਹਾਨੂੰ ਮਿਲੂਗਾ ਫਿਰ 35 ਰੁਪਏ ਦਾ, ਔਰ ਕੋਂਬੋ ਤੁਸੀਂ ਮਿਲੂਗਾ ਤੁਹਾਨੂੰ 40 ਰੁਪਏ 'ਚ। ਜ਼ਰੂਰ ਆਓ, ਵਿਜ਼ਿਟ ਕਰੋ ਭਾਈ ਤੋਂ, ਟਰਾਈ ਕਰਕੇ ਜਾਓ, ਪੂਰੇ ਤੁਸੀਂ ਵੀ ਸੈਟਿਸਫਾਈ ਹੋ ਜਾਓਗੇ।